ਗੁਰਦਾਸਪੁਰ ਵਿਖੇ ਪਿੰਡ ਜੋੜਾ ਛੱਤਰਾਂ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਤਿੰਨ ਸਕੇ ਭਰਾਵਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 2 ਨਵੰਬਰ ਨੂੰ ਪਿੰਡ ਦੇ ਹੀ 3 ਵਿਅਕਤੀ ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਜ਼ਖਮੀ ਹੋਏ ਇੱਕ ਨੌਜਵਾਨ ਅਸ਼ੋਕ ਕੁਮਾਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਮੌਕੇ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੇ ਚਲਦਿਆਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੀ ਲਾਸ਼ ਨੂੰ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਰੱਖ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਮੇਰਾ ਭਰਾ ਤੇ ਭਨੇਵਾ ਤਾਂ ਅਸੀਂ ਜੋ ਮੇਲਾ ਵੇਖ ਕੇ ਸਟੇਡੀਅਮ ਤੇ ਕਬੱਡੀ ਵੇਖ ਕੇ ਘਰ ਨੂੰ ਆ ਰਹੇ ਸੀ। ਅੱਗੇ ਅਵਤਾਰ ਸਿੰਘ ਹੋਣੀ ਤੇ ਲਾਡੀ ਤੇ ਮੰਨੀ ਤੇ ਉਹ ਤਿੰਨੇ ਭਰਾ ਦਲੀਪ ਸਿੰਘ ਦੇ ਬੇਟੇ ਤੇ ਉਹ ਖਲੋਤੇ ਮਸ਼ਵਰਾ ਬਣਾ ਕੇ ਜਦੋਂ ਅੱਗੇ ਅਸੀਂ ਗਏ ਹਾਂ ਤੇ ਕਹਿੰਦੇ ਵੀ ਅਸ਼ੋਕ ਕੁਮਾਰ ਤੇ ਇਹਨਾਂ ਵੇਖ ਲਾਂ। ਅਸ਼ੋਕ ਕੁਮਾਰ ਕਹਿੰਦਾ ਕੀ ਵੇਖ ਲਾਂ ਮੈਂ ਤਾਂ ਜੋ ਕਿ ਇਹਨਾਂ ਨੇ ਜੱਕਦਮ ਵੀ ਕਿਰਚਾਂ ਦੇ ਬਾਹਰ ਕਰਤੇ ਅਸ਼ੋਕ ਕੁਮਾਰ ਦੇ ਤਾਂ ਜਾਨੋ ਮਾਰਨ ਦੀ ਪੂਰੀ ਕੋਸ਼ਿਸ਼ ਕਰਤੀ। ਫਿਰ ਉਹਨੂੰ ਚੁੱਕ ਕੇ ਸਿਵਲ ਹਸਪੀਟਲ ਆਣ ਕੇ ਦਾਖਲ ਕਰਵਾਇਆ ਆਣ ਕੇ ਤੇ ਕੋਈ ਪੁਲਿਸ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਹੁੰਦੀ। ਅਸੀਂ 5-6 ਦਿਨ ਹਰਤੇਜ ਹਸਪੀਟਲ ਵੀ ਰਹੇ ਹਾਂ, ਉੱਥੋਂ ਤੱਕ ਕਿਸੇ ਨੇ ਸਾਡੀ ਕਾਰਵਾਈ ਨਹੀਂ ਕੀਤੀ, ਕਿਸੇ ਨੇ ਸੁਣਵਾਈ ਨਹੀਂ। ਅੱਜ ਮੇਰਾ ਭਰਾ ਮਰਿਆ ਤੇ ਉਹਦੇ ਮਰਨ 'ਤੇ ਫੇਲ ਐਫ ਆਈ ਆਰ ਦਰਜ ਕੀਤੀ ਆ। ਸਾਡੀ ਪ੍ਰਸ਼ਾਸਨ ਕਰੀ ਇਹੋ ਮੰਗ ਸਾਡੀ, ਸਾਨੂੰ ਸਾਫ਼ ਦਿੱਤਾ ਜਾਏ। ਇਸ ਮੌਕੇ ਤੇ DSP ਦੇਵਦੱਤ ਸ਼ਰਮਾ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿਵਾਇਆ ਕਿ ਸਾਰੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਜਿਸ ਦੇ ਚਲਦਿਆਂ ਇਸ ਧਰਨੇ ਨੂੰ ਸਮਾਪਤ ਕੀਤਾ ਗਿਆ। ਇੱਕ ਮਰਡਰ ਹੋਇਆ ਸੀਗਾ ਜੌੜੇ, ਕੁਛ ਨੌਜਵਾਨਾਂ ਨੇ ਕਿਸੇ ਬੰਦੇ ਦਾ ਮਰਡਰ ਕੀਤਾ ਸੀਗਾ, ਅੱਜ ਉਹਦੀ ਮੌਤ ਹੋ ਗਈ ਹੈ। ਸਵੇਰੇ FIR ਦਰਜ 302 'ਚ ਕਰਤੀ ਹੈ। ਜਿਹੜੇ ਨਾਮਜ਼ਦ ਦੋਸ਼ੀ ਆ ਉਹ ਜਲਦੀ ਤੋਂ ਜਲਦੀ ਅਰੈਸਟ ਕੀਤੇ ਜਾਣਗੇ। ਇਹਨਾਂ ਦੀ ਮੰਗ ਇਹ ਸੀਗਾ ਕਿ ਜਿਹੜਾ ASI ਉਹਨੇ ਸਹੀ ਕੰਮ ਨਹੀਂ ਕੀਤਾ, ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਜੋ ਜੋ ਡਿਸਿਪਲਨਰੀ ਐਕਸ਼ਨ ਲਿਆ ਜਾਵੇ, ਉਹ ਅਸੀਂ ਡਿਸਿਪਲਨਰੀ ਐਕਸ਼ਨ ਹੀ ਉਹਦੇ ਇਮੀ ਲੈ ਰਹੇ ਹਾਂ ਜਲਦੀ। 6 ਬੰਦੇ